ਬੱਸ ਵਾਲਾ ਜਿਹੜਾ ਡਰਾਈਵਰ ਹੈ ਉਹਦੇ ਨਾਲ ਬੈਠੀ ਸੀ ਕੋਈ ਜਨਾਨੀ ਤੇ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ। ਉਹਦੇ ਨਾਲ ਜਦੋਂ ਗੱਲਾਂ ਕਰਨ ਲੱਗ ਗਿਆ ਤੇ ਉਹ ਬੱਸ ਵਾਲਾ ਡਰਾਈਵਰ ਆ ਜਿਹੜਾ ਉਹਨੂੰ ਵੀ ਬੁੜੀ ਨੂੰ ਵੀ ਲੈ ਗਿਆ ਤੇ ਆਪ ਵੀ ਭੱਜ ਗਿਆ। ਗਲਤੀ ਕਿਹਦੀ ਸੀ? ਗਲਤੀ ਡਰਾਈਵਰ ਦੀ ਹੈ ਜੀ ਸਾਰੀ। ਡਰਾਈਵਰ ਦੀ ਅਣਗਹਿਲੀ ਦੇ ਨਾਲ ਇੱਕ ਚੱਲਦੀ ਬੱਸ ਕਿੱਕਰ ਦੇ ਵਿੱਚ ਵੱਜੀ ਜਿਸ ਦੇ ਨਾਲ ਭਿਆਨਕ ਹਾਦਸਾ ਹੋ ਗਿਆ। ਦੱਸਣ ਦੇ ਮੁਤਾਬਿਕ ਬੱਸ ਦਾ ਡਰਾਈਵਰ ਕੋਲ ਬੈਠੀ ਜਨਾਨੀ ਦੇ ਨਾਲ ਗੱਲਬਾਤ ਕਰਨ ਲੱਗ ਪਿਆ। ਗੱਲਬਾਤ ਵਿੱਚ ਇੰਨਾ ਜ਼ਿਆਦਾ ਵਿਅਸਤ ਹੋ ਗਿਆ ਕਿ ਬੱਸ ਬੇਕਾਬੂ ਹੋ ਗਈ ਔਰ ਕਿੱਕਰ ਦੇ ਵਿੱਚ ਵੱਜੀ ਜਿਸ ਦੇ ਨਾਲ ਭਿਆਨਕ ਸੜਕੀ ਹਾਦਸਾ ਹੋ ਗਿਆ। ਕਈ ਸਵਾਰੀਆਂ ਦੇ ਸਿਰ 'ਤੇ ਸੱਟਾਂ ਲੱਗੀਆਂ ਨੇ, ਕਈਆਂ ਦੇ ਦੰਦ ਟੁੱਟ ਚੁੱਕੇ ਨੇ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਅਤੇ ਗਾਟ ਵਾਲੀ ਵਿਚਕਾਰ ਹੋਇਆ। ਮੌਕੇ 'ਤੇ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਚਸ਼ਮਦੀਦ ਜੋ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਮੁਤਾਬਿਕ ਇਹ ਬੱਸ ਦਾ ਡਰਾਈਵਰ ਕੋਲ ਬੈਠੀ ਜਨਾਨੀ ਦੇ ਨਾਲ ਗੱਲਬਾਤ ਕਰਨ ਲੱਗਾ ਔਰ ਧਿਆਨ ਭਟਕਣ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਹੋਇਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਲੋਕ ਉਹ ਨੇ ਜੋ ਉਸ ਵੇਲੇ ਬੱਸ ਦੇ ਵਿੱਚ ਸਵਾਰ ਸਨ। ਕਿੱਕਰ ਦੇ ਵਿੱਚ ਬੱਸ ਜਾ ਕੇ ਵੱਜੀ ਔਰ ਕਿੱਕਰ ਦਾ ਇੱਕ ਹਿੱਸਾ ਬੱਸ ਦੇ ਉੱਪਰ ਡਿੱਗ ਪਿਆ। ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਇੱਥੇ ਭਿਆਨਕ ਸੜਕੀ ਹਾਦਸਾ ਹੋਇਆ। ਇਸ ਮੌਕੇ ਕਈ ਸਵਾਰੀਆਂ ਦੇ ਦੰਦ ਟੁੱਟ ਗਏ, ਕਈਆਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਨੇ। ਇਸ ਵੇਲੇ ਸਾਰੀਆਂ ਸਵਾਰੀਆਂ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਦੱਸਣ ਦੇ ਮੁਤਾਬਿਕ ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਉਸ ਜਨਾਨੀ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਦੇ ਨਾਲ ਬੱਸ ਚਲਾਉਂਦਾ ਚਲਾਉਂਦਾ ਗੱਲਾਂ ਕਰਦਾ ਸੀ। ਕੀ ਨਾਮ ਤੁਹਾਡਾ? ਪਰਮਜੀਤ ਹੈ ਜੀ। ਪਿੰਡ ਕਿਹੜਾ ਜੀ? ਮਰਾਜ। ਕੀ ਮਾਮਲਾ ਸੀ ਅੱਜ, ਕਿੱਥੋਂ ਕੀ ਹੋਇਆ ਜੀ? ਅਸੀਂ ਕਾਲੇ ਵਾਲੀ ਤੋਂ ਆਏ ਸੀਗੇ ਜੀ ਤੇ ਕਾਲੇ ਵਾਲੀ ਤੋਂ ਤਲਵੰਡੀ ਨੂੰ ਆਉਂਦੇ ਸੀਗੇ। ਬੱਸ ਵਾਲਾ ਜਿਹੜਾ ਡਰਾਈਵਰ ਹੈ ਉਹਦੇ ਨਾਲ ਬੈਠੀ ਸੀ ਕੋਈ ਜਨਾਨੀ ਤੇ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ। ਉਹਦੇ ਨਾਲ ਜਦੋਂ ਗੱਲਾਂ ਕਰਨ ਲੱਗ ਗਿਆ ਤੇ ਉਹਦਾ ਧਿਆਨ ਭਟਕ ਗਿਆ। ਭਟਕ ਗਿਆ, ਪਹਿਲਾਂ ਸਿੱਧੀ ਕਿੱਕਰ 'ਚ ਵੱਜੀ ਬੱਸ ਜੀ। ਕਿੱਕਰ ਚੱਕ ਕੇ ਉੱਤੇ ਟਿੱਕ ਗਈ ਬੱਸ ਦੇ ਉੱਤੇ, ਸਾਰੀ ਬੱਸ ਟੁੱਟ ਫੁੱਟ ਗਈ ਅਤੇ ਚੀਕਾਂ ਮਾਰਨ, ਬੁਰਾ ਹਾਲ ਬੈਂਕੇ ਦਿਹਾੜੀ ਲੋਕਾਂ ਦੇ। ਭਾਈ ਮੈਂ ਮਾੜਾ ਜਿਹਾ ਠੀਕ ਸੀਗਾ, ਹੋਰ ਮਰੀਜ਼ ਸੀਗੇ ਵਿੱਚ ਬਹੁਤ। ਕਿੰਨੇ ਕੁ ਜ਼ਖਮੀ ਹੋਏ ਹੋਣਗੇ? ਘੱਟ ਤੋਂ ਘੱਟ 20-25 ਭਾਈ। ਤੇ ਹੁਣ ਅਸੀਂ ਉੱਥੇ ਕੱਢੇ ਮਰੀਜ਼ ਜਦੋਂ ਅਤੇ ਉਹ ਬੱਸ ਵਾਲਾ ਅਤੇ ਉਹ ਬੁੜੀ ਸੀਗੀ ਜਿਹੜੀ ਨਾਲ ਉਹਦੇ ਨਾਲ ਗੱਲਾਂ ਕਰਦੀ ਸੀ ਅਤੇ ਉਹ ਬੱਸ ਵਾਲਾ ਡਰਾਈਵਰ ਆ ਜਿਹੜਾ ਉਹਨੂੰ ਵੀ ਬੁੜੀ ਨੂੰ ਵੀ ਲੈ ਗਿਆ ਅਤੇ ਆਪ ਵੀ ਭੱਜ ਗਿਆ। ਗਲਤੀ ਕਿਹਦੀ ਸੀ? ਗਲਤੀ ਡਰਾਈਵਰ ਦੀ ਹੈ ਜੀ ਸਾਰੀ। ਤੇ ਹੁਣ ਕੋਈ ਜਾਨੀ ਮਾਲੀ ਜਾਨੀ ਨੁਕਸਾਨ ਕੋਈ ਮੌਤ? ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਸੱਟਾਂ ਫੇਟਾਂ ਬਹੁਤ ਹੈ ਜੀ। ਕੰਘਾਂ ਦੇ ਦੰਦ ਨਿਕਲ ਗਏ ਜੀ, ਕੰਘਾਂ ਦੇ ਦੰਦ ਟੁੱਟ ਗਏ ਜੀ, ਕੰਘਾਂ ਦੇ ਗੋਡਿਆਂ 'ਤੇ, ਕੰਘਾਂ ਦੇ ਸਿਰਾਂ 'ਤੇ ਸੱਟਾਂ ਜੀ ਬਹੁਤ ਜ਼ਿਆਦਾ। ਕੀ ਮੰਗ ਕੀ ਕਰਦੇ ਹੁਣ ਤੁਸੀਂ? ਮੰਗ ਤਾਂ ਸਾਡੀ ਕੀ ਹੈ ਜੀ, ਗਰੀਬ ਦੀ ਕਿਹੜਾ ਮੰਗ ਕਰਦਾ ਜੀ ਪੂਰੀ। ਕਿੰਨੇ ਜ਼ਖਮੀ ਤਲਵੰਡੀ ਸਾਬੋ ਹਸਪਤਾਲ 'ਚ? ਇੱਥੇ ਘੱਟ ਤੋਂ ਘੱਟ 15 ਸੀਗੇ ਜੀ। ਅੱਛਾ, 15 ਸੀਗੇ। ਸਾਡੀ ਗਰੀਬ ਦੀ ਕੋਈ ਨਹੀਂ ਸੁਣਦਾ ਜੀ, ਇਹ ਸਾਰਾ ਵੱਡੇ ਸਰਮਾਏਦਾਰ ਆ, ਵੱਡੀਆਂ ਬੱਸਾਂ ਇਹਨਾਂ ਕੋਲ, ਗਰੀਬ ਦੀ ਕਿਹੜਾ ਸੁਣਦਾ ਜੀ। ਇਹਨਾਂ ਨੂੰ ਤਾਂ ਐਂ ਆ ਵਾ ਪੱਟੀ ਕਰਾਤੀ, ਚਲੋ ਜੀ ਘਰੋਂ ਘਰੀ ਲਓ। ਹੁਣ ਸਾਨੂੰ ਕਹਿੰਦੇ ਵੀ ਠੀਕ ਹੈ ਬਾਈ, ਤੁਸੀਂ ਸਾਨੂੰ ਡਾਕਟਰ ਕਹਿੰਦਾ ਵੀ ਤੁਸੀਂ ਸਵੇਰੇ ਕਹਿੰਦਾ ਕਿ ਆਪਦੇ ਨੇੜੇ ਹਸਪਤਾਲ 'ਚ ਦਿਖਾ ਦਿਓ। ਅਸੀਂ ਆਖਿਆ ਵੀ ਨੇੜੇ ਹਸਪਤਾਲ ਸਾਡੇ ਕੋਲ ਦੰਦਾਂ ਵਾਲਾ? ਕਹਿੰਦੇ ਸਾਡੇ ਇੱਥੇ ਦੰਦਾਂ ਵਾਲਾ ਡਾਕਟਰ ਹੈ ਨਹੀਂ ਕੋਈ ਹਸਪਤਾਲ 'ਚ। ਦੰਦ ਹੀ ਟੁੱਟੇ ਸਾਰਿਆਂ ਦੇ? ਦੰਦ ਹੀ ਟੁੱਟੇ ਜੀ, ਸਾਡਾ ਖੁਦ ਸਾਡੇ ਆਪ ਦੇ ਮਰੀਜ਼ ਆ ਜੀ, ਤਿੰਨ ਆ ਪਏ ਆ ਜੀ। ਬੱਸਾਂ ਕਿੰਨੀਆਂ ਕੁ, ਬੱਸ ਕਿੰਨੀ ਕੁ ਫੁੱਟ ਗਈ? ਬੱਸ ਸਾਰੀ ਫੁੱਟ ਗਈ ਜੀ, ਮੂਹਰੋਂ ਵੀ ਫੁੱਟ ਗਈ, ਸਾਈਡਾਂ ਤੋਂ ਵੀ ਫੁੱਟ ਗਈ ਜੀ। ਨਹੀਂ, ਨਾਲੇ ਕਹਿੰਦੇ ਵੀ ਸਾਈਡ ਦਿੰਦਾ ਸੀਗਾ ਇਹ ਕਿਸੇ? ਸਾਈਡ ਕਾਹਨੂੰ? ਕੋਈ ਸਾਈਡ ਨਹੀਂ ਸੀਗੀ ਜੀ, ਕੁਛ ਨਹੀਂ ਸੀਗਾ ਉੱਥੇ, ਕੋਈ ਸਾਈਡ ਨਹੀਂ ਸੀਗੀ, ਸਿੱਧੀ ਆ ਕੇ ਵਿੱਚ ਵੱਜੀ ਆ ਉਹਦੇ ਕਿੱਕਰ ਦੀ। ਇੰਨੀ ਮੋਟੀ ਕਿੱਕਰ ਚੱਕ ਕੇ ਬੱਸ ਦੇ ਉੱਤੇ ਵਗ ਗਈ, ਉਹ ਦੇਖੋ ਜੀ ਕਿਵੇਂ ਵਗ ਗਈ। ਜੇ ਤੇਜ਼ ਸੀ ਤਾਂ ਬਸ ਫੇਰ ਹੀ ਗਈ ਹੈ ਨਾ, ਹਾਂ ਨਜਾਇਜ਼ ਤੇਜ਼ ਸੀਗੀ ਜੀ। ਤੁਹਾਡਾ ਪਿੰਡ ਕਿਹੜਾ? ਕਾਲ ਵਾਲੇ। ਕੀ ਮਾਮਲਾ, ਬੱਸ ਦੇ ਵਿੱਚ ਸੀ ਤੁਸੀਂ? ਹਾਂਜੀ। ਤੇ ਕੀ ਮਾਮਲਾ ਸੀ, ਕੀ ਕਹਿੰਦੇ? ਮਾਮਲਾ ਤਾਂ ਜੀ ਪਤਾ ਨਹੀਂ ਕੀ ਸੀ, ਇੱਕਦਮ ਪਤਾ ਨਹੀਂ ਲੱਗਿਆ ਕੀ ਸਿਸਟਮ ਹੋਇਆ, ਤੇ ਮਤਲਬ ਜਮਾਂ ਸੁਣਨਾ ਹੋ ਗਿਆ, ਪਤਾ ਲੱਗਿਆ ਇੱਥੇ ਸੱਟ ਆਈ, ਇੱਥੇ ਸੱਟ ਆਈ ਹੈ। ਤੇ ਸੁਣਿਆ ਸੀ ਇੱਥੇ ਕੋਈ ਮੁੜੀ ਵਾਲੀ ਦਾ ਮਾਮਲਾ ਦੱਸਿਆ ਗਿਆ। ਕੋਈ ਕਿਹੜੀ ਬੱਸ ਐਕਸੀਡੈਂਟ ਹੋਇਆ, ਕਿਹੜੀ ਬੱਸ ਦਾ? ਆ ਜਿਹੜੀ ਹੁਣ ਆਈ ਹੈ ਇੱਧਰੋਂ। ਕਿੰਨੀਆਂ ਕੁ ਸਵਾਰੀਆਂ ਜ਼ਖਮੀ ਹੋਈਆਂ? ਸਵਾਰੀਆਂ ਵਾਹਵਾ ਜ਼ਖਮੀ ਹੋਈਆਂ। ਅੱਛਾ, ਘੱਟੋ ਘੱਟ 20-25 ਜ਼ਖਮ, ਜ਼ਿਆਦਾ ਹੀ ਹੋ ਸਕਦੇ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ?
ਜਾਨੀ ਨੁਕਸਾਨ ਹਜੇ ਕੋਈ ਤਾਂ ਪਤਾ ਨਹੀਂ। ਤੁਸੀਂ ਠੀਕ ਹੋ? ਮੈਂ ਠੀਕ ਹਾਂ ਵੈਸੇ।